माता साहिब कौर कॉलेज विखे चार रोजा गुरमत सिखलाई कैंप समाप्त हो गया है। सिंह साहिब ज्ञानी हरप्रीत सिंह इस दे विच मुख मेहमान दे वजों शामिल होए। विद्यार्थियों की शख्सियत उसारी अते सिख इतिहास तो जानू करवाउण दे मकसद दे नाल श्रोमणी गुरुद्वारा प्रबंधक कमेटी दे माता साहिब कौर गर्ल्स कॉलेज विखे गुरु गोबिंद सिंह स्टडी सर्कल दे सहयोग सदका यह कैंप लगाया गया। चार दिना गुरमत सिखलाई कैंप की समाप्ति के दौरान सिंह साहिब ज्ञानी हरप्रीत सिंह मुख मेहमान दे वजो शामिल होए अते विद्यार्थियों नू इस मौके इनाम भी वंडे गए अते उन्हां दी हौसला अफजाई भी कीती गई। इस मौके सिंह साहिब ज्ञानी हरप्रीत सिंह का कहना सी कि अजिहे कैंप लगाउणे जरूरी हन, उत्थे ही कैंप सिखियार्थियों ने भी कैंप तो भरपूर जानकारी हासिल होण दी गल आखी। तलवंडी साबो तो अज दी आवाज़ दे लई रणजीत सिंह राजू दी रिपोर्ट। श्री दमदमा साहिब दी पावन धरती ते श्रोमणी गुरुद्वारा प्रबंधक कमेटी दे प्रबंधक टीम चल रहे मानमत्ता अदारा माता साहिब कौर गर्ल्स कॉलेज इत्थे बच्चियां दी शख्सियत उसारी लई गुरमत ट्रेनिंग कैंप का जिहड़ा आयोजन किया गया सी। पिछले चार दिन तो कैंप चल रहे अज समाप्ति हो रही है। इन्हां कैंप दे विच बच्चियां नूं जिथे संसारी विद्या हासिल करदियां ने पायदार उच्च दर्जे दी, उत्थे इन्हां नूं गुरबाणी गुर इतिहास दे राहीं इन्हां नूं अज जिहड़ा है नैतिक सिक्ख्या भी जिहड़ी दित्ती गई है जिहड़ी अज दे वक्त दे अंदर बहुत जरूरी है, क्योंकि साडा समाज नैतिक सिक्ख्या तो बिना मॉरल एजुकेशन तो बिना जिहड़ा है वह बिखरता जा रहा है तिलकता जा रहा है। इसलिए इहो जिहे कैंपां का आयोजन होना जिहड़ा बड़ा जरूरी है। मैं माता साहिब कौर गर्ल्स कॉलेज के माननीय प्रिंसीपल साहब का और गुरु गोबिंद सिंह स्टडी सर्कल का तहत धन्यवाद करना जिन्होंने चार रोज़ा कैंप का आयोजन किया है और इतने विद्वान जिहड़े आए ने और उन्होंने आके साडियां बच्चियां नूं गुरमति सिक्ख्या दित्ती है। बहुत बहुत धन्यवाद। वाहिगुरु जी का खालसा वाहिगुरु जी। हाँ सर, की नाम तुहाडा? परमिंदर सिंह जी। परमिंदर सिंह जी, कैंप लगाया है की मकसद की किस तरह का बच्चों को ज्ञान दिता गया है? ਇਹ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਕੈਂਪ ਜਿਹੜਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਸੀ। ਇਹਦੇ ਵਿੱਚ ਵਿਦਿਆਰਥੀਆਂ ਨੂੰ ਸਾਡੇ ਕੋਲ ਜਿਹੜੀ ਮਾਤਾ ਨਾਨਕੀ ਜੀ ਅਕਾਦਮਿਕ ਅਤੇ ਮੁਫਤ ਵਿੱਦਿਆ ਯੋਜਨਾ ਉਹਦੇ ਵਿੱਚ ਜੰਮੂ ਕਸ਼ਮੀਰ ਤੋਂ, ਰਾਜਸਥਾਨ ਤੋਂ, ਹਰਿਆਣਾ ਤੋਂ, ਯੂਪੀ ਤੋਂ ਅਤੇ ਹੋਰ ਕਈ ਸਟੇਟਾਂ ਦੇ ਬੱਚੇ ਹਨ ਜਿਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਬਾਰੇ, ਪਰੰਪਰਾਵਾਂ ਬਾਰੇ ਜਿਹੜੀ ਜਾਣਕਾਰੀ ਉਹ ਘੱਟ ਹੁੰਦੀ ਹੈ। ਤੋ ਇਸ ਲਈ ਇਹ ਜਿਹੜੇ ਕੈਂਪ ਦੇ ਆਯੋਜਿਤ ਕੀਤੇ ਜਾਂਦੇ ਇਹ ਵੀ ਕੈਂਪ ਇਸੇ ਤਰਜ਼ 'ਤੇ ਲਗਾਇਆ ਗਿਆ ਸੀ ਤਾਂ ਕਿ ਬੱਚਿਆਂ ਨੂੰ ਗੁਰਮਤ ਦੀ, ਸਾਡੀ ਫਿਲੋਸਫੀ ਦੀ, ਸਾਡੇ ਸਿਧਾਂਤਾਂ ਦੀ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਦਿੱਤੀ ਜਾ ਸਕੇ। ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਬਹੁਤ ਬਹੁਤ ਵਧੀਆ ਬੁਲਾਰੇ ਜਿਹੜੇ ਆ ਉਹ ਇੱਥੇ ਆ ਕੇ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਹੋਏ ਆ ਔਰ ਗੁਰਮਤ ਬਾਰੇ ਸਮੁੱਚੀ ਜਾਣਕਾਰੀ ਜਿਹੜੀ ਉਹ ਚਾਰ ਦਿਨਾਂ ਦਾ ਸਿਲੇਬਸ ਬਣਾ ਕੇ ਦਿੱਤੀ ਗਈ ਹੈ ਬੱਚਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ, ਕੈਂਪ ਲਗਾਇਆ ਗਿਆ, ਕਿਸ ਤਰ੍ਹਾਂ ਦਾ ਫਾਇਦਾ ਹੋਇਆ, ਕਿਸ ਤਰ੍ਹਾਂ ਦਾ ਗਿਆਨ ਆ ਤੁਹਾਨੂੰ ਇੱਥੇ ਦਾ? ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਕਾਲਜ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਸ਼ਮੂਲੀਅਤ ਬਖਸ਼ੀ ਕਿ ਅਸੀਂ ਕੈਂਪ ਲਗਾ ਸਕੀਏ। ਬਾਕੀ ਵੱਖ ਵੱਖ ਬੁਲਾਰਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਸਾਡੀ ਸ਼ਖਸੀਅਤ ਦੀ ਉਸਾਰੀ ਲਈ ਬਹੁਤ ਗੱਲਾਂ ਦੱਸੀਆਂ ਅਤੇ ਬਹੁਤ ਸਾਰੀਆਂ ਕੁਝ ਇਵੇਂ ਦੀਆਂ ਗੱਲਾਂ ਵੀ ਦੱਸੀਆਂ ਜਿਨ੍ਹਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਸਾਨੂੰ ਇਤਿਹਾਸ ਬਾਰੇ ਵੀ ਪਤਾ ਲੱਗਾ, ਸਾਨੂੰ ਪਤਾ ਲੱਗਾ ਕਿ ਅਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ, ਆਪਣੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਉਸਾਰਨਾ ਹੈ, ਵੱਡਿਆਂ ਨਾਲ ਕਿਸ ਤਰ੍ਹਾਂ ਪੇਸ਼ਵਾਉਣਾ ਹੈ, ਹੋਰ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਲੱਗਾ। ਹਾਂਜੀ ਹਾਂਜੀ, ਸਿੱਖ ਇਤਿਹਾਸ ਬਾਰੇ ਵੀ ਬਹੁਤ ਕੁਛ ਪਤਾ ਲੱਗਾ। ਪਹਿਲਾਂ ਮਤਲਬ ਸਾਨੂੰ ਜਿਹੜੇ ਹਰਗੋਬਿੰਦ ਸਿੰਘ ਜੀ ਪਾਤਸ਼ਾਹ ਸੀ ਉਹਨਾਂ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਬਖਸ਼ਿਸ਼ ਕੀਤੀਆਂ ਸਾਨੂੰ, ਮਤਲਬ ਸ਼ਸਤਰਧਾਰੀ ਹੋਣ ਦਾ ਬਲ ਬਖਸ਼ਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਨਿਮਰਤਾ ਵਿੱਚ ਰਹਿਣ ਲਈ ਕਿਹਾ ਅਤੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵੀ ਹੋਰ ਸਾਨੂੰ ਬਹੁਤ ਕੁਛ ਸਿਖਾਇਆ ਗਿਆ। ਹਾਂਜੀ, ਸਾਨੂੰ ਲੱਗਦਾ ਹੈ ਕਿ ਸਿਰਫ ਇੱਥੇ ਨਹੀਂ, ਮਤਲਬ ਹਰ ਜਗ੍ਹਾ ਇਵੇਂ ਦੇ ਮਹੀਨਿਆਂ ਵਿੱਚ ਹੀ ਇੱਕ ਦਿਨ ਤਾਂ ਜ਼ਰੂਰ ਇਵੇਂ ਦੇ ਕੈਂਪ ਨੂੰ ਬਖਸ਼ਣਾ ਚਾਹੀਦਾ ਹੈ ਤਾਂ ਕਿ ਹਰੇਕ ਵਿਦਿਆਰਥੀ ਨੂੰ ਕੁਛ ਸਿੱਖਣ ਨੂੰ ਮਿਲ ਸਕੇ। ਹਾਂਜੀ, ਕੀ ਨਾਮ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਰਪਨ ਕੌਰ ਹੈ, ਮੈਂ ਕਸ਼ਮੀਰ ਤੋਂ ਹਾਂ। ਦਰਪਨ ਕੀ ਕਹਿਣਾ ਚਾਹੋਗੇ, ਕਿ ਤੁਸੀਂ ਪਹਿਲਾਂ ਤਾਂ ਕਸ਼ਮੀਰ ਤੋਂ ਪੰਜਾਬ ਤੋਂ ਪੜ੍ਹਾਈ ਕਰ ਰਹੇ ਹੋ, ਇੱਥੇ ਪੰਜਾਬੀ ਵੀ ਸਿੱਖ ਰਹੇ ਹੋ ਨਾਲ ਨਾਲ, ਸਿੱਖੀ ਦਾ ਗਿਆਨ ਵੀ ਲੈ ਰਹੇ ਹੈਗੇ, ਕਿਸ ਤਰ੍ਹਾਂ ਦਾ ਕੈਂਪ, ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ? ਹਮਨੇ ਫਿਲਾਸਫੀ ਵੀ ਕੈਂਪ ਲਗਾਇਆ ਥਾ ਵਹਾਂ ਪਰ, ਜੋ ਹਮੇ ਮਤਲਬ ਕਿ ਜੋ ਕਸ਼ਮੀਰ ਮੈਂ ਹਮੇ ਸਿਖਾਨੇ ਕੋ ਨਹੀਂ ਮਿਲਾ। ਕਸ਼ਮੀਰ ਮੈਂ ਹਾਲਾਤ ਪਤਾ ਹੈ ਕਿ ਟੈਰਰਿਸਟ ਅਟੈਕ ਬਹੁਤ ਜ਼ਿਆਦਾ ਵਹਾਂ ਪਰ, ਇਤਿਹਾਸ ਖਾਸ ਕਰ ਜ਼ਿਆਦਾ ਕਿਸੀ ਕੋ ਨਹੀਂ ਪਤਾ। ਲੇਕਿਨ ਜਬ ਸੇ ਹਮ ਆਤਾ ਸਾਹਿਬ ਕੋ ਗਰਲਸ ਕਾਲਜ ਮੈਂ ਹਮੇ ਆਪਣੇ ਇਤਿਹਾਸ ਕੇ ਬਾਰੇ ਬਹੁਤ ਕੁਛ ਪਤਾ ਚਲਾ, ਜੋ ਇਵਨ ਕਿ ਹਾਈਟ ਰੱਖਦੇ ਥੇ ਦੁਨੀਆ ਹਮਸੇ ਕਿ ਦਿਸ ਬਹੁਤ ਕੁਛ ਪਤਾ ਲਗਾ। ਇਵਨ ਕਿ ਯਹਾਂ ਕੇ ਹਮਨੇ ਦਸਤਾਰ ਵੀ ਸਜਾਨਾ ਸਟਾਰਟ ਕੀਤਾ, ਗੱਤਕਾ ਹਮੇ ਯਹਾਂ ਪਰ ਮਿਲਾ, ਹਮਾਰੇ ਕੋਚਰ ਸੇ, ਹਮਾਰੇ ਟੀਚਰਸ, ਹਮੇ ਬਹੁਤ ਕੁਛ ਪੜ੍ਹਾਈ ਸਿੱਖਣੇ ਕੋ ਮਿਲੀ। ਸਪੈਸ਼ਲੀ ਥੈਂਕ ਯੂ ਪਰਮਿੰਦਰ ਸਰ ਐਂਡ ਵਾਟਰ ਮੈਨ, ਜਿਨ੍ਹਾਂ ਨੇ ਇਹ ਕੈਂਪ ਲਗਾਇਆ, ਜਿਸ ਕੇ ਤਰੀਕੇ ਸੇ ਹਮੇ ਬਹੁਤ ਕੁਛ ਸਿੱਖਣੇ ਕੋ ਮਿਲਾ। ਆਪਣੀ ਪਰਸਨੈਲਿਟੀ ਕੋ ਡਿਵੈਲਪ ਕੈਸੇ ਕਰਨਾ ਹੈ, ਲੋਕੋਂ ਸੇ ਬਾਤ ਕਰਨੇ ਕਾ ਤਰੀਕਾ ਕੈਸੇ ਹੈ, ਜੋ ਖੁਦ ਸੇ ਬੜੇ ਉਨਸੇ ਬਾਤ ਕਰਨੇ ਕਾ ਤਰੀਕਾ ਕੈਸੇ ਹੈ, ਸ਼ਸਤਰਧਾਰੀ ਕੈਸੇ ਹੋਣਾ ਹੈ, ਆਪਣੇ ਇਤਿਹਾਸ ਕੇ ਬਾਰੇ ਮੈਂ ਕੈਸੇ ਮਰਿਆਦਾ ਮੈਂ ਰਹਿਣਾ, ਬਹੁਤ ਕੁਛ ਸਿੱਖਣੇ ਕੋ ਮਿਲਾ ਯਹਾਂ ਪਰ। ਐਸਾ ਲਗਤਾ ਹੈ ਐਸੇ ਕੈਂਪ ਹੋਰ ਲਗਤੇ ਰਹੇਂਗੇ? ਹਾਂ, ਲਗਨੇ ਚਾਹੀਏ। ਇਵਨ ਕਿ ਅੱਜ ਕੱਲ੍ਹ ਤੋਂ ਹਰ ਇੱਕ ਮਤਲਬ ਕੰਟਰੀ ਮੈਂ, ਜੋ ਇੰਡੀਆ ਮੈਂ ਖਾਸ ਕਰ, ਜੋ ਸਿੱਖ ਬੱਚੇ ਆਪਣੇ ਧਰਮ ਸੇ ਭਟਕੇ ਹੋਏ ਹੈ, ਤੋ ਖਾਸ ਕਰ ਲੜਕੀਆਂ ਲੜਕੀਆਂ ਕੋਲ ਇਹ ਕੈਂਪ ਲਗਨੇ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਉਹਨਾਂ ਆਪਣੇ ਇਤਿਹਾਸ ਕਾ ਪਤਾ ਚੱਲੇ, ਉਹ ਆਪਣੀ ਮਰਿਆਦਾ ਮੈਂ ਰਹਿ ਸਕੇ, ਕੇਸ ਰੱਖੇ, ਆਪਣੀ ਇਤਿਹਾਸ ਪੜ੍ਹ ਸਕੇ, ਗੁਰਬਾਣੀ ਕੀ ਤਰਫ ਲੱਗ ਸਕੇ। ਐਂਡ ਥਰੂ ਦਿਸ ਕੈਂਪ ਕਿ ਉਹ ਜੇ ਬਹੁਤ ਇੱਕ ਹੁੰਦਾ ਕਿ ਨਹੀਂ ਸਿੱਖਣਾ ਚਾਹੀਏ, ਇੱਕ ਹੁੰਦਾ ਕਿ ਖੁਦ ਕੈਂਪ ਲਗਾਉਣੇ ਚਾਹੀਏ, ਖੁਦ ਸਿੱਖਣਾ ਚਾਹੀਏ, ਪੁੱਛਣਾ ਚਾਹੀਏ ਕਿਸੇ ਕੋ ਕਿ ਕੈਂਪ ਕਿਆ ਹੈ, ਉਸਕੇ ਤਰੀਕੇ ਇਸ ਕੈਂਪ ਕੇ ਜ਼ਰੀਏ ਉਹ ਸਿੱਖ ਸਕਦੇ ਇਹ ਚੀਜ਼ਾਂ, ਬਹੁਤ ਸਾਰੀ ਚੀਜ਼ਾਂ। ਆਪਣੇ ਬਾਰੇ ਖਾਲਸਾ ਵਿੱਚ।